ਟਾਈਮ ਹੈ 9:45 ਦਾ, ਬਹੁਤ ਜ਼ਿਆਦਾ ਤੇਜ਼ ਬਾਰਿਸ਼ ਹੋ ਰਹੀ ਹੈ ਚੰਡੀਗੜ੍ਹ ਦੇ ਵਿੱਚ, ਹੈ ਨਾ, ਅਤੇ ਇਹ ਦੇਖ ਸਕਦੇ ਹੋ ਤੁਸੀਂ। ਵੈਰੀ ਗੁੱਡ ਮੋਰਨਿੰਗ, ਕਿਵੇਂ ਹੋ ਤੁਸੀਂ ਸਾਰੇ ਜਣੇ? 9:15 ਦਾ ਟਾਈਮ ਹੋ ਚੁੱਕਿਆ। ਲਓ ਜੀ, ਹੁਣ ਮੈਂ ਕੱਪੜੇ ਧੋ ਕੇ ਹਟੀ ਹਾਂ, ਸਾਰੇ ਕੱਪੜੇ ਧੋਤੇ ਹੋਏ ਆ। ਮੌਸਮ ਦਾ ਹਾਲ ਕੁਛ ਇਸ ਤਰ੍ਹਾਂ ਦਾ। ਥੋੜ੍ਹੀ ਦੇਰ ਪਾਰਕ 'ਚ ਆਈ ਸੀ ਮੈਂ, ਚਿੱਕੜ 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 ਹੋਇਆ ਪਿਆ, ਬੱਚੇ ਖੇਡੀ ਜਾ ਰਹੇ ਆ, ਦੇਖੋ ਗਿੱਲੇ ਗਿੱਲੇ, ਪਾਰਕ 'ਚ ਕੋਈ ਵੀ ਨਹੀਂ ਹੈ। ਬਰਸਾਤ ਕਰਕੇ ਨਾ ਬਹੁਤ ਜ਼ਿਆਦਾ। ਵੈਸੇ ਚੰਡੀਗੜ੍ਹ 'ਚ ਦੇਖੋ ਕਿੰਨੀ ਸਫਾਈ ਹੈ ਪਾਰਕਾਂ ਦੇ ਵਿੱਚ, ਅਤੇ ਇੱਥੇ ਦੇਖੋ ਕਿੰਨਾ ਚਿੱਕੜ ਹੈ। ਕਿਸੇ ਕਿਸੇ ਪਾਰਕ ਦੇ ਵਿੱਚ ਹੈ ਦੇਖੋ, ਪਿੰਗਾਂ ਪੁੰਗਾਂ ਸਭ ਖਰਾਬ ਹੋਈਆਂ ਪਈਆਂ ਮੇਰੀਆਂ ਪਿੰਗਾਂ। ਹੌਲੀ ਹੌਲੀ ਬੋਲਦੇ ਹਾਂ, ਦੇਖੋ ਕਿੰਨਾ ਪਾਣੀ ਖੜਿਆ ਹੈ, ਹੈ ਨਾ। ਬੜੀ ਮੁਸ਼ਕਲ ਨਾਲ ਮੈਂ ਨਿਕਲ ਕੇ ਗਈ ਹਾਂ। ਦੇਖੋ ਦੋ ਆਂਟੀਆਂ ਆ ਰਹੀਆਂ, ਬਜ਼ੁਰਗ ਜੀਆਂ, ਇਹ ਜਾ ਰਹੀਆਂ ਹੁਣ ਪਾਰਕ ਦੇ ਵਿੱਚ। ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਹੈ ਜੀ ਤੁਹਾਡਾ ਸਾਰਿਆਂ ਦਾ। ਕਿਵੇਂ ਹੋ ਤੁਸੀਂ ਸਾਰੇ ਜਾਣੇ? ਤੁਸੀਂ ਕਹੋਗੇ ਖੁੰਝੇ ਜਿਹੇ 'ਚ ਲੱਗ ਕੇ ਬੈਠੇ ਹੋ। ਹਾਂਜੀ, ਅਤੇ ਸਭ ਤੋਂ ਪਹਿਲਾਂ ਤਾਂ ਅੱਜ ਆਪਾਂ ਕੰਮ ਦੀ ਰੂਟੀਨ ਦੀ ਗੱਲ ਕਰਾਂਗੇ, ਹੈ ਨਾ। ਅਤੇ ਸਵੇਰੇ ਉੱਠ ਕੇ ਮੈਂ ਧੋਏ ਕੱਪੜੇ, ਉਹੀ ਰੂਟੀਨ ਦੇ ਵਿੱਚ ਜਿਹੜਾ ਕੰਮ ਹੁੰਦਾ ਕੀਤਾ, ਅਤੇ 12:30 ਉਡੀਕ ਕੇ ਮੈਂ ਨਾ ਮਤਲਬ ਸਫਾਈ ਸਫੂਈ ਕਰ ਲਈ ਮੇਡ ਨੂੰ, ਅਤੇ ਉਹ ਅੱਜ ਆਈ ਨਹੀਂ। ਫਿਰ ਆਈ ਭਾਈ 1:30, ਮੈਨੂੰ ਕਹਿੰਦੀ ਗ੍ਰਹਿਣ ਲੱਗਿਆ। ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ ਹੈਗਾ, ਅਤੇ ਹੈ ਵੈਸੇ ਉਹ ਪ੍ਰੈਗਨੈਂਟ ਹੈ। ਅਤੇ ਮੈਂ ਉਹਨੂੰ ਕੁਛ ਵੀ ਨਹੀਂ ਕਹਿੰਦੀ, ਮੈਂ ਕਿਹਾ ਕੋਈ ਗੱਲ ਨਹੀਂ, ਹੈ ਨਾ, ਜਿੰਨੀ ਦੇਰ ਕੋਈ ਪ੍ਰੋਪਰ ਨਹੀਂ ਮਿਲਦਾ ਹੈਗਾ ਉੰਨੀ ਦੇਰ ਇਸ ਤਰ੍ਹਾਂ ਕਿ ਦੂਸਰੇ ਤੀਸਰੇ ਦਿਨ, ਹੈ ਨਾ, ਵੀ ਸਫਾਈ ਹੋ ਜਾਂਦੀ ਹੈਗੀ ਹੈ। ਅਤੇ ਡੇਲੀ ਜਿਹੜੀ ਆਪਾਂ ਸਫਾਈ ਕਰਦੇ ਹਾਂ ਉਹ ਤਾਂ ਮੈਂ ਕਰਦੀ ਕਰਦੀ ਹੈਗੀ ਹਾਂ, ਉਹਦੇ ਆਉਣ ਤੋਂ ਪਹਿਲਾਂ ਵੀ ਮੈਂ ਸਫਾਈ ਕਰ ਲਈ ਸੀਗੀ। ਅਤੇ ਬਸ ਇਸ ਤਰ੍ਹਾਂ ਕਿ ਕਿਸੇ ਟਾਈਮ ਮਨ ਨਹੀਂ ਕਰਦਾ, ਹੈ ਨਾ, ਆ ਵੀ ਗਈ ਚਲੋ ਸਫਾਈ ਤਾਂ ਹੋ ਜਾਂਦੀ, ਕਿਸੇ ਟਾਈਮ ਆਪਦਾ ਵੀ ਮੁੱਖ ਮੁੜ ਜਾਂਦਾ ਸਫਾਈ ਤੋਂ, ਹੈ ਨਾ। ਅਤੇ ਜਿਹੜਾ ਕੰਮ ਆਪਾਂ ਛੱਡ ਦਿੰਦੇ ਹਾਂ ਉਹ ਕਰਨਾ ਔਖਾ ਹੋ ਜਾਂਦਾ ਹੈਗਾ। ਸਾਰਾ ਕੰਮ ਕਰਕੇ ਹਟੀ ਸੀਗੀ, ਮੈਨੂੰ ਕਹਿੰਦੀ ਮੈਂ ਸਫਾਈ ਕਰਕੇ ਜਾਊਂਗੀ। ਮੈਂ ਕਿਹਾ ਭਾਈ ਕਰ ਲੈ, ਕੋਈ ਗੱਲ ਨਹੀਂ, ਹੈ ਨਾ। ਅਤੇ ਉਹਨੇ ਸਫਾਈ 'ਤੇ ਹੀ ਸਫਾਈ ਕਰਤੀ ਅੱਜ। ਅਤੇ ਅੱਜ ਮੈਂ ਨਾ ਭਾਈ ਮੇਰਾ ਕੈਮਰੇ ਸਾਹਮਣੇ ਤੁਹਾਨੂੰ ਮੈਂ ਦੱਸਾਂ, ਆਉਣ ਨੂੰ ਜੀ ਨਹੀਂ ਕੀਤਾ ਹੈ। ਸਵੇਰੇ ਵੀ ਮੈਂ ਉੱਠ ਕੇ ਕੈਮਰਾ ਔਨ ਕਰ ਲਿਆ, ਫਿਰ ਉਸ ਤੋਂ ਬਾਅਦ ਮੈਂ ਨਾ ਕੱਪੜੇ ਧੋਣ ਲੱਗ ਗਈ, ਅਤੇ ਜਦੋਂ ਕੱਪੜੇ ਧੋ ਕੇ ਹਟੀ ਫਿਰ ਵੀ ਮੇਰਾ ਕੈਮਰਾ ਭਾਈ ਔਨ ਕਰਨ ਨੂੰ ਜੀ ਨਹੀਂ ਕਰਿਆ। ਅਤੇ ਜਦੋਂ 12:00 ਨਾ, 12:30 ਫਿਰ ਵੀ ਮੈਂ ਪਈ ਰਹੀ, ਐਂ ਮਤਲਬ ਬੈਠੀ ਰਹੀ, ਉੱਧਰ ਬਹਿ ਗਈ, ਇੱਧਰ ਬਹਿ ਗਈ, ਹੈ ਨਾ। ਅਤੇ ਫਿਰ ਮੇਰਾ ਇਸ ਤਰ੍ਹਾਂ ਮਨ ਕੀਤਾ ਕਿ ਮੈਂ ਨਾ ਮਤਲਬ ਰੋਈ ਜਾਵਾਂ, ਹੈ ਨਾ, ਰੋਈ ਜਾਵਾਂ, ਇਕੱਲੀ ਬੈਠੀ ਰੋਈ ਜਾਵਾਂ। ਅਤੇ ਮੈਂ ਕਿਹਾ ਮਤਲਬ ਮੈਨੂੰ ਪਤਾ ਨਹੀਂ ਕੀ ਗੱਲ ਹੋ ਗਈ। ਮੈਂ ਆਪਣੇ ਹਸਬੈਂਡ ਨੂੰ ਫੋਨ ਕੀਤਾ, ਮੈਂ ਕਿਹਾ ਇਸ ਤਰ੍ਹਾਂ ਕਰਕੇ ਹੋ ਰਿਹਾ। ਅਤੇ ਇਹਨਾਂ ਨੇ ਅੱਜ ਨਾ ਖਾਣੇ 'ਤੇ ਜਾਣਾ ਸੀਗਾ ਬਾਹਰ, ਅਤੇ ਮੈਨੂੰ ਕਹਿੰਦੇ ਮੇਰਾ ਖਾਣਾ ਬਾਹਰ ਹੈ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਮੈਂ ਘਰੇ ਬਣਾਇਆ ਹੀ ਨਹੀਂ ਖਾਣਾ ਅੱਜ ਦੁਪਹਿਰੇ, ਤੁਸੀਂ ਮੰਨੋਗੇ, ਦੁਪਹਿਰੇ ਮੈਂ ਸ਼ਾਮ ਨੂੰ 4:00 ਭੁੱਖ ਲੱਗੀ, 4:00 ਮੈਂ ਇੱਕ ਫੁਲਕਾ ਬਣਾ ਕੇ, ਕੱਲ੍ਹ ਦੇ ਛੋਲੇ ਪਏ ਸੀ ਉਹਦੇ ਨਾਲ ਖਾਰੀ ਨਾਲ ਅਚਾਰ ਖਾਧਾ, ਅਤੇ ਨਾਲ ਮੈਂ ਫਿਰ ਭਾਈ ਪਿਆਜ਼ ਕੱਟਿਆ। ਅਤੇ ਪਹਿਲਾਂ ਮੈਂ ਸੋਚਿਆ ਸੀ ਕੈਮਰਾ ਔਨ ਕਰ ਲਾਂ, ਭਾਈ ਕੈਮਰਾ ਔਨ ਕਰਨ ਨੂੰ ਜੀ ਨਾ ਕਰੇ, ਹੈ ਨਾ।
ਹੁਣ ਜਿਵੇਂ ਤੁਸੀਂ ਵੀਡੀਓ 'ਚ ਦੇਖਿਆ ਤਾਂ ਹੁਣ ਮੈਂ ਪਾਰਕ ਦੇ ਵਿੱਚ ਘੁੰਮ ਕੇ ਆਈ ਹਾਂ। ਪਾਰਕ ਦੇ ਵਿੱਚ ਕੀ ਮੈਂ ਕਿਸੇ ਦੇ ਘਰ ਜਾਣਾ ਸੀਗਾ ਹੈ ਨਾ, ਅਤੇ ਮੈਂ ਕਿਹਾ ਚੱਲ ਜਾ ਆਉਂਦੀ ਹਾਂ, ਕੀ ਪਤਾ ਮੇਰਾ ਮਨ ਹੋਰ ਹੋ ਜਾਵੇ। ਪਰ ਬਿਲਕੁਲ ਵੀ ਮਨ ਹੋਰ ਨਹੀਂ ਹੋਇਆ ਮੇਰਾ, ਆ ਕੇ ਬਸ ਇਹ ਆਏ ਹੋਏ ਸੀ ਚਾਹ ਬਣਾਈ ਅਤੇ ਬਸ ਅੱਜ ਭਾਈ ਇਹੋ ਜਿਹਾ ਕੰਮ ਹੋਇਆ ਸਵੇਰ ਦਾ, ਲੈ ਸਵੇਰ ਤੋਂ ਲੈ ਕੇ ਹੁਣ ਤੱਕ ਦਾ ਹੈ ਨਾ। ਅਤੇ ਭਾਈ ਸ਼ੋਰਟ ਵੀਡੀਓ ਅੱਗੇ ਮੂੰਹ ਕਰਾਂ, ਕੱਲ੍ਹ ਵਾਰ ਵਾਰ ਜੀ ਕਰੀ ਜਾਵੇ ਮੇਰਾ ਵੀਡੀਓ ਬਣਾਉਣ ਨੂੰ, ਅੱਜ ਮੇਰਾ ਜੀ ਨਾ ਕਰੇ ਮੈਂ ਵੀਡੀਓ ਬਣਾ ਲਾਂ। ਤੁਹਾਨੂੰ ਮੈਂ ਸੱਚੀ ਦੱਸਾਂ, ਸੱਚੀ ਮੈਂ ਤਾਂ ਇੰਨੀ ਅੱਜ ਪਰੇਸ਼ਾਨ ਹੋ ਗਈ ਵੀ ਮੈਨੂੰ ਹੋ ਕੀ ਰਿਹਾ ਹੈ ਨਾ, ਅਜੀਬ ਅਜੀਬ ਜਿਹਾ ਫੀਲ ਹੋ ਰਿਹਾ ਇਸ ਤਰ੍ਹਾਂ ਵੀ ਬਸ ਮੈਂ ਕਿਉਂ ਹੈ ਨਾ ਇਹ ਫਿਰਦੀ ਹਾਂ ਜਾਗਦੀ ਹਾਂ, ਸ਼ੀਸ਼ੇ ਕੰਨੀ ਮੂੰਹ ਨਹੀਂ ਦੇਖਣ ਨੂੰ। ਇੱਕ ਵਾਰੀ ਮੈਂ ਵੀਡੀਓ ਬਣਾਈ, ਤੁਹਾਨੂੰ ਮੈਂ ਅਗਰ ਜੇ ਦਿਖਾਵਾਂ ਨਾ ਕਲਿੱਪ, ਮੇਰੇ ਤੋਂ ਦਿਖਾਇਆ ਨਹੀਂ ਜਾਣਾ ਹੈ ਨਾ। ਉਸ ਟਾਈਮ ਮੈਂ ਮਤਲਬ ਆਪਣਾ ਮੇਕਅਪ ਕੀਤਾ ਹਲਕਾ ਹਲਕਾ ਜ਼ਬਰਦਸਤੀ, ਜਿਵੇਂ ਮੈਂ ਸੋਚਿਆ ਮੈਂ ਕਿਹਾ ਚੱਲ ਮੈਂ ਕੋਈ ਆ ਗਿਆ ਸੀਗਾ ਅਤੇ ਨਾ ਪਤਾ ਕੀ ਹੈ ਐਂ ਹੋਇਆ ਵੀ ਬਸ ਮੈਂ ਤਾਂ ਕੈਮਰਾ ਹੀ ਨਾ ਔਨ ਕਰਾਂ ਹੈ ਨਾ, ਅਤੇ ਮਤਲਬ ਫੋਨ ਚੱਕਾਂ ਹੀ ਨਾ, ਇਸ ਤਰ੍ਹਾਂ ਹੋਣ ਲੱਗ ਗਿਆ ਮੈਨੂੰ। ਅਤੇ ਆਪਦਾ ਭਾਈ ਜਦੋਂ ਮੇਕਅਪ ਕਰਨ ਲੱਗੀ ਨਾ, ਆਪਦਾ ਸ਼ੀਸ਼ਾ ਦੇਖਣ ਨੂੰ ਮੂੰਹ ਜੀ ਨਹੀਂ ਕੀਤਾ ਮੇਰਾ ਸ਼ੀਸ਼ੇ ਅੱਗੇ। ਕੱਲ੍ਹ ਮੈਂ ਵਾਰ ਵਾਰ ਫੋਨ 'ਤੇ ਵੀਡੀਓ ਬਣਾ ਰਹੀ ਸੀ, ਪਤਾ ਨਹੀਂ ਭਾਈ ਮੈਨੂੰ ਕੀ ਹੋ ਗਿਆ, ਸਮਝ ਨਹੀਂ ਆਈ। ਸ਼ਾਮ ਨੂੰ ਤਾਂ ਮੈਂ ਰੋਣ ਲੱਗ ਗਈ, ਮੈਂ ਕਿਹਾ ਮੈਂ ਆਪਣੀ ਫਰੈਂਡ ਦੇ ਘਰ ਗਈ ਨਾ, ਅਤੇ ਮੈਂ ਕਿਹਾ ਚੱਲ ਥੋੜ੍ਹੀ ਦੇਰ ਜਾਂਦੀ ਮਨ ਠੀਕ ਹੋ ਜੂਗਾ। ਮੈਂ ਉਹਨੂੰ ਕਿਹਾ ਕਹਿੰਦੇ ਤੁਹਾਡੇ ਫੇਸ ਨੂੰ ਕੀ ਹੋ ਗਿਆ ਹੈ ਨਾ, ਅਤੇ ਉਹ ਮੇਰੀ ਜਿਵੇਂ ਵੀਡੀਓ ਵਗੈਰਾ ਦੇਖਦੇ ਆ, ਕਹਿੰਦੇ ਕੱਲ੍ਹ ਤਾਂ ਠੀਕ ਲੱਗ ਰਿਹਾ ਸੀ। ਮੈਂ ਕਿਹਾ ਪਤਾ ਨਹੀਂ ਮੈਨੂੰ ਕੀ ਹੋ ਗਿਆ, ਅੱਜ ਸਵੇਰੇ ਰਾਤ ਭਰ ਮੈਨੂੰ ਨੀਂਦ ਵੀ ਨਹੀਂ ਆਈ, ਇਹ ਵੀ ਦੱਸ ਦਿੰਦੀ ਹਾਂ, ਪੂਰੀ ਰਾਤ ਮੈਨੂੰ ਨੀਂਦ ਨਾ ਆਈ। 3 ਵੱਜ ਗਏ, 4 ਵੱਜ ਗਏ, ਫਿਰ ਭਾਈ ਮੈਂ 4 ਵਜੇ ਇਹਨਾਂ ਨੂੰ ਉਠਾਇਆ, ਮੈਂ ਕਿਹਾ ਤੁਸੀਂ ਉੱਠ ਜਾਓ। ਮੈਨੂੰ ਕਹਿੰਦੇ ਕੀ ਹੋਇਆ, ਮੈਂ ਕਿਹਾ ਤਾਂ ਪੂਰੀ ਰਾਤ ਨਹੀਂ, ਇਹ ਫਿਰ ਨੀਂਦ 'ਚ ਹੈ ਨਾ ਫਿਰ ਸੋ ਗਏ। ਅਤੇ ਫਿਰ ਮੈਂ ਉੱਠ ਕੇ ਦੇਖਿਆ ਹੈ ਨਾ, ਹਲਕੀ ਹਲਕੀ ਰੋਸ਼ਨੀ ਹੋ ਰਹੀ ਸੀਗੀ 5:30 ਵਜੇ, ਅਤੇ ਫਿਰ ਮੈਂ ਉੱਠ ਕੇ ਭਾਈ ਮਤਲਬ ਉੱਠੀ, ਫਿਰ ਸੋ ਗਈ, ਫਿਰ 7:30 ਵਜੇ ਉੱਠੀ ਮੈਂ। ਇਹ ਕੰਮ ਹੋਇਆ ਅੱਜ ਮੇਰੇ ਨਾਲ, ਨਾ ਰਾਤ ਨੂੰ ਸੁੱਤੀ ਅਤੇ ਪਤਾ ਨਹੀਂ ਹੈ ਨਾ। ਮੈਂ ਜਿਵੇਂ ਤੁਹਾਨੂੰ ਦੱਸਦੀ ਹੁੰਦੀ ਹਾਂ, ਮੈਨੂੰ ਖੁਦ ਹੀ ਨਹੀਂ ਪਤਾ ਚੱਲਦਾ ਕਿ ਮੈਨੂੰ ਕੀ ਹੋ ਜਾਂਦਾ। ਹੁਣ ਤਾਂ ਮੈਂ ਤੁਹਾਡੇ ਸਾਰਿਆਂ ਨਾਲ ਜੁੜੀ ਹਾਂ, ਮੈਂ ਤੁਹਾਨੂੰ ਹਰੇਕ ਚੀਜ਼ ਦੱਸ ਦਿੰਦੀ ਹਾਂ ਵੀ ਜਿਸ ਤਰ੍ਹਾਂ ਤੁਸੀਂ ਮੇਰੀ ਵੀਡੀਓ ਦੇਖਦੇ ਹੋ ਹੈ ਨਾ। ਅਤੇ ਇੱਕਦਮ ਮੇਰਾ ਮਨ ਵੀ, ਹੁਣ ਵੀ ਮੇਰਾ ਮਨ ਨਾ ਭਰੀ ਜਾ ਰਿਹਾ ਆਪਣੇ ਆਪ ਹੀ। ਅਤੇ ਹੁਣ ਵੀ ਮੈਂ ਤੁਹਾਨੂੰ ਦਿਖਾਉਂਦੀ ਹਾਂ, ਬਾਹਰ ਜਾ ਕੇ ਹਜੇ ਕੱਪੜੇ ਪਏ ਹੈ, ਕੱਪੜੇ ਜਿਉਂ ਤਾਰਾਂ 'ਤੇ ਟੰਗੇ ਆ, ਦੇਖ ਲਓ ਕੱਪੜੇ ਚੱਕਣ ਨੂੰ ਮੇਰਾ ਜੀ ਨਹੀਂ ਕੀਤਾ ਹੈ ਨਾ। ਜੀ ਐਂ ਕਰਦਾ ਵੀ ਇਹ ਆਉਣ ਅਤੇ ਆਪਣੇ ਆਪ ਹੀ ਚੱਕ ਕੇ ਅੰਦਰ ਪਾ ਦੇਣ ਮੈਨੂੰ। ਬਸ ਕਹਿੰਦੇ ਨਾ ਇਸ ਤਰ੍ਹਾਂ ਵੀ ਬਸ ਰੋਈ ਜਾਵਾਂ ਔਰ ਪੈ ਜਾਵਾਂ, ਰੋਈ ਜਾਵਾਂ ਪੈ ਜਾਵਾਂ, ਇਸ ਤਰ੍ਹਾਂ ਮਨ ਹੋਇਆ ਪਿਆ। ਹੁਣ ਵੀ ਮੈਂ ਬੜੀ ਕੋਸ਼ਿਸ਼ ਕੀਤੀ, ਮੈਂ ਕਿਹਾ ਚੱਲ ਮੈਂ ਵੀਡੀਓ ਬਣਾਉਂਦੀ, ਸ਼ੋਰਟ ਵੀਡੀਓ ਬਣਾ ਕੇ ਕੀ ਪਤਾ ਵੀ ਮੇਰਾ ਕੰਮ ਕਰਨ ਨੂੰ ਜੀ ਨਾ ਕਰੇ, ਕੀ ਪਤਾ ਵੀਡੀਓ ਬਣਾ ਲਾਂ। ਪਰ ਨਾ, ਆ ਦੇਖ ਲਓ ਤੁਹਾਨੂੰ ਮੈਂ ਦਿਖਾਉਂਦੀ ਹਾਂ, ਹੁਣ ਇਹ ਕੱਪ ਉਵੇਂ ਪਏ ਹੈ ਹੈ ਨਾ, ਅਤੇ ਭਾਈ ਬਾਹਰ ਸਾਰੇ ਕੱਪੜੇ ਉਵੇਂ ਪਏ ਆ, ਪਰ ਚੱਕੂਗੀ ਤਾਂ ਸਹੀ ਹੈ ਨਾ। ਅਤੇ ਹੁਣ ਸਾਰੇ ਕੱਪੜੇ ਚੱਕ ਕੇ ਦੇਖ ਲਓ ਮੈਂ ਅੰਦਰ ਪਾਊਂਗੀ, ਅਤੇ ਅੱਜ ਮੇਰੇ ਨਾਲ ਇਹ ਹੋਇਆ, ਤੁਹਾਨੂੰ ਮੈਂ ਦੱਸ ਦਿੰਦੀ ਹਾਂ, ਠੀਕ ਹੈ। ਤੁਸੀਂ ਵੀ ਅਰਦਾਸ ਕਰਿਆ ਕਰੋ ਮੇਰੇ ਪ੍ਰਤੀ, ਮੈਂ ਠੀਕ ਰਹਾਂ ਹੈ ਨਾ। ਅਤੇ ਇੱਕ ਦਿਨ ਮੈਂ ਖੁਸ਼ ਰਹਿੰਦੀ ਹਾਂ ਨਾ, ਅਗਲੇ ਦਿਨ ਮੇਰੀ ਤਬੀਅਤ ਖਰਾਬ ਹੋ ਜਾਂਦੀ ਹੈ। ਅਤੇ ਜਦੋਂ ਖਰਾਬ ਹੋ ਜਾਂਦੀ ਨਾ, ਫਿਰ ਮੈਂ ਆਪਣੇ ਆਪ ਹੀ ਰੋ ਪੈਂਦੀ ਹਾਂ ਵੀ ਮੈਨੂੰ ਕੀ ਹੋ ਗਿਆ ਹੈ ਨਾ, ਅਤੇ ਮੈਂ ਇਸ ਤਰ੍ਹਾਂ ਕਿਉਂ ਹੋ ਗਈ ਹੈ ਨਾ। ਅਤੇ ਅੱਜ ਸਵੇਰੇ ਪਹਿਲਾਂ ਤਾਂ ਮੈਂ ਡਾਕਟਰ ਕੋਲੋਂ ਨਾ ਟਾਈਮ ਲੈਣ ਲੱਗੀ ਵੀ ਮੈਨੂੰ ਕੀ ਹੋ ਗਿਆ ਹੈ ਨਾ। ਅਤੇ ਮੈਂ ਸੋਚਿਆ, ਮੈਂ ਕਿਹਾ ਵੀ ਡਾਕਟਰ ਨੂੰ ਕੀ ਦੱਸਾਂ ਵੀ ਮੈਂ ਕੱਲ੍ਹ ਠੀਕ ਸੀ, ਅੱਜ ਮੇਰੀ ਇਸ ਤਰ੍ਹਾਂ ਤਬੀਅਤ ਹੋ ਗਈ। ਚਲੋ ਥੋੜ੍ਹੀ ਬਹੁਤੀ ਕਮਜ਼ੋਰੀ ਤਾਂ ਮਹਿਸੂਸ ਹੁੰਦੀ, ਕੋਈ ਗੱਲ ਨਹੀਂ ਠੀਕ ਹੋ ਜੂਗੀ ਹੈ ਨਾ। ਅਤੇ ਪਰ ਇਸ ਤਰ੍ਹਾਂ ਜਿਹੜਾ ਮਨ ਹੈ ਹੁਣ, ਕੱਲ੍ਹ ਇੰਨਾ ਅੱਛਾ ਮਨ ਸੀਗਾ ਮੇਰਾ, ਕੀ ਕਰੀਏ ਹੈ ਨਾ, ਬਸ ਇਸ ਤਰ੍ਹਾਂ ਹੀ ਹੈ, ਦਿਲ ਹੈ ਨਾ, ਦਿਲ ਲੈ ਕੇ ਮਨ ਤਾਂ ਨਹੀਂ। ਚਲੋ ਮੈਂ ਤੁਹਾਨੂੰ ਕੱਪੜੇ ਦਿਖਾਉਂਦੀ ਹਾਂ, ਕੱਪੜੇ ਚੱਕਦੀ ਹਾਂ, ਕੱਪੜੇ ਰੱਖਦੀ ਹਾਂ, ਫਿਰ ਮੈਂ ਥੋੜ੍ਹੇ ਬਹੁਤੇ ਜਿਹੜੇ ਕਿਚਨ ਦੇ ਵਿੱਚ ਬਣਦੇ ਆ ਉਹ ਮੰਚੂਗੀ, ਫਿਰ ਰਾਤ ਦੀ ਰੋਟੀ ਦੀ ਤਿਆਰੀ ਕਰੂੰਗੀ। ਭਾਈ ਅੱਜ ਮੇਰਾ ਨਾ ਕੜਾਹੀ ਪਨੀਰ ਖਾਣ ਨੂੰ ਜੀ ਕਰੀ ਜਾਵੇ ਦੁਪਹਿਰੇ। ਅਤੇ ਪਿਆਜ਼ ਤੁਹਾਨੂੰ ਦਿਖਾਉਂਦੀ ਹਾਂ, ਉਹ ਕੱਟੇ ਪਏ ਹੈ, ਮੈਂ ਸੋਚਿਆ ਸੀ ਪਨੀਰ ਦੀ ਸਬਜ਼ੀ ਬਣਾਉਂਗੀ,
ਤੇ ਪਨੀਰ ਖਾਣ ਨੂੰ ਜੀ ਕਰ ਰਿਹਾ ਸੀਗਾ ਮੇਰਾ, ਮੈਂ ਕਿਹਾ ਪਨੀਰ ਦੀ ਸਬਜ਼ੀ ਬਣਾ ਕੇ ਖਾਊਂਗੀ, ਅਤੇ ਇਹਨਾਂ ਨੂੰ ਕਿਤੇ ਜਾਣਾ ਪੈ ਗਿਆ ਹੈ ਨਾ, ਅਤੇ ਮੈਨੂੰ ਕਹਿੰਦੇ ਮੇਰੇ ਕੋਲ ਟਾਈਮ ਨਹੀਂ ਹੈਗਾ, ਅਤੇ ਫਿਰ ਉਸ ਤੋਂ ਬਾਅਦ ਮੈਂ ਉਡੀਕ ਕੇ ਭਾਈ 4 ਵਜੇ ਰੋਟੀ ਖਾਧੀ, ਮੇਰਾ ਦਿਲ ਤਾਂ ਅੱਜ ਪਨੀਰ 'ਤੇ ਆਇਆ ਹੋਇਆ ਸੀਗਾ, ਪਰ ਪਿਆਜ਼ ਵੀ ਜੋਵੇਂ ਪਏ, ਪਰ ਮੈਂ ਹੁਣ ਬਣਾ ਕੇ ਹੀ ਛੱਡੂੰਗੀ, ਨਹੀਂ ਤਾਂ ਫਿਰ ਭਾਈ ਸਵੇਰੇ ਬਣਾਉਂਗੀ, ਬਣਾ ਕੇ ਛੱਡੂੰਗੀ ਜਿਵੇਂ ਤੁਸੀਂ ਕਹੋਗੇ, ਜਿਵੇਂ ਲੜਾਈ ਕਰਕੇ ਹੈ ਨਾ ਛੱਡੂੰਗੀ, ਇਸ ਤਰ੍ਹਾਂ ਦਾ ਕੁਛ ਨਹੀਂ ਹੈਗਾ ਹੈ ਨਾ। ਮੈਂ ਤਾਂ ਖੁਸ਼ ਰਹਿੰਦੀ ਹਾਂ ਅਤੇ ਤੁਹਾਨੂੰ ਸਾਰਿਆਂ ਨੂੰ ਕਹਿੰਦੀ ਹਾਂ ਵੀ ਖੁਸ਼ ਰਹੋ ਹੈ ਨਾ, ਅਤੇ ਪਰ ਪਤਾ ਨਹੀਂ ਕਿਉਂ ਆਪਣੇ ਆਪ ਇਸ ਤਰ੍ਹਾਂ ਹੋਣ ਲੱਗ ਜਾਂਦਾ। ਚਲੋ ਜੀ ਤੁਹਾਨੂੰ ਮੈਂ ਦਿਖਾਵਾਂ ਕੱਪੜੇ ਹੈ ਨਾ, ਕੱਪੜੇ ਧੋਤੇ ਪਏ ਆ, ਹਨੇਰਾ ਹੋ ਗਿਆ ਹੁਣ ਤਾਂ ਬਾਹਰ, ਅਤੇ ਕੱਪੜੇ ਚੱਕੂੰਗੀ ਹੁਣ, ਥੋੜ੍ਹੇ ਬਹੁਤੇ ਭਾਂਡੇ ਮਾਂਜੂੰਗੀ, ਅਤੇ ਇਸ ਵੀਡੀਓ ਤੋਂ ਆਪਾਂ ਐਂਡ ਇੱਥੇ ਹੀ ਕਰ ਦਾਂਗੇ ਅੱਜ, ਠੀਕ ਹੈ। ਸਵੇਰੇ ਮਿਲਾਂਗੇ, ਖੁਸ਼ ਹੋ ਕੇ ਮਿਲੂੰਗੀ ਮੈਂ, ਅਤੇ ਮੇਰਾ ਜੀ ਨਹੀਂ ਕਰਦਾ ਹੈਗਾ ਇਸ ਤਰ੍ਹਾਂ ਉਦਾਸ ਮਨ ਦੇ ਨਾਲ ਤੁਹਾਡੇ ਤੁਹਾਨੂੰ ਮਿਲਾਂ ਮੈਂ, ਅਤੇ ਤੁਹਾਡੇ ਨਾਲ ਗੱਲਾਂ ਸ਼ੇਅਰ ਕਰਾਂ ਹੈ ਨਾ, ਇਸ ਤਰ੍ਹਾਂ ਮਨ ਨਹੀਂ ਕਰਦਾ ਮੇਰਾ। ਚਲੋ ਓਕੇ ਜੀ, ਬਾਏ ਬਾਏ, ਕੱਲ੍ਹ ਨੂੰ ਫਿਰ ਮਿਲਾਂਗੇ। ਕੱਪੜੇ ਦਿਖਾ ਦਿੰਦੀ, ਤੁਸੀਂ ਸੋਚੋਗੇ ਕਿਤੇ ਪਿਆਜ਼ ਕੱਟੇ ਪਏ ਆ ਜਾਂ ਇਸ ਤਰ੍ਹਾਂ ਹੀ ਮਨ ਹੈ ਨਾ, ਇਸ ਤਰ੍ਹਾਂ ਨਹੀਂ। ਜੋ ਬੋਲਦੀ ਹਾਂ ਕਹਿੰਦੇ ਨਾ ਪੱਥਰ 'ਤੇ ਲਕੀਰ ਹੁੰਦੀ ਹੈ, ਅਤੇ ਜੇ ਮੈਂ ਨਾ ਵੀ ਮੇਰਾ ਮੂਡ ਹੁੰਦਾ ਨਾ ਕੈਮਰੇ ਸਾਹਮਣੇ ਆਉਂਦਾ, ਤਾਂ ਮੈਂ ਕਹਿ ਵੀ ਦਿੰਦੀ, ਇੱਕ ਨਾ ਜਿਵੇਂ ਕਹਿੰਦੇ ਨਾ ਪਿਆਰ ਹੋ ਜਾਂਦਾ ਇੱਕ ਦੂਜੇ ਨਾਲ ਹੈ ਨਾ। ਬੰਦਾ ਕਹਿੰਦਾ ਕਿ ਨਹੀਂ ਯਾਰ ਹੈ ਨਾ, ਮੈਂ ਡੇਲੀ ਵਲੋਗ ਪਾਉਂਦੀ ਹਾਂ ਹੈ ਨਾ, ਅਤੇ ਜੇ ਅੱਜ ਮੇਰੀ ਤਬੀਅਤ ਇਸ ਤਰ੍ਹਾਂ ਹੋ ਗਈ ਤਾਂ ਮੈਂ ਅੱਜ ਮੈਸੇਜ ਪਾ ਦਿੰਦੀ, ਹਾਂਜੀ ਮੈਂ ਨਹੀਂ ਹਾਰੀ ਹੈਗੀ। ਚਲੋ ਦਿਖਾਉਂਦੀ ਹਾਂ ਤੁਹਾਨੂੰ ਕੰਮ, ਠੀਕ ਹੈ, ਫਿਰ ਮੈਂ ਆ ਜਾਓ ਫਟਾਫਟ ਆ ਜਾਓ। ਪਹਿਲਾਂ ਤਾਂ ਕੱਪਾਂ ਵੱਲ ਪਏ ਆ ਕੱਪ, ਠੀਕ ਹੈ, ਇਹ ਦੇਖੋ ਇਹ ਸਾਰੇ ਕੱਪੜੇ ਪਏ ਆ ਬਾਹਰ ਹੈ ਨਾ, ਹਨੇਰਾ ਹੋ ਗਿਆ, ਮੰਜੇ 'ਤੇ ਵੀ ਪਾਏ ਪਏ, ਇਹ ਦੇਖ ਲਓ ਸਾਰੇ ਕੱਪੜੇ ਪਾਏ ਪਏ ਆ ਹੈ ਨਾ, ਸੁੱਕੇ ਤਾਂ ਹੈ ਨਹੀਂ ਪਰ ਇਹਨਾਂ ਨੂੰ ਅੰਦਰ ਪਾ ਦਾਂਗੇ। ਹੁਣ ਤਾਂ ਮੈਂ ਸਾਰਾ ਕੀਤਾ ਸੀਗਾ ਸਵੇਰੇ, ਬਸ ਵੀਡੀਓ ਨਹੀਂ ਬਣਾ ਪਾਈ, ਇਹ ਦੇਖੋ ਡਸਟਬਿਨ ਵਗੈਰਾ ਵੀ ਸਾਰੇ ਧੋਤੇ ਸੀ, ਇਹ ਦੇਖੋ ਇਹ ਚਾਹ ਦਾ ਪਤੀਲਾ, ਪਿਆਜ਼ ਕੱਟੇ ਪਏ ਪਨੀਰ ਵਾਸਤੇ ਹੈ ਨਾ, ਬਾਕੀ ਭਾਂਡੇ ਭੁੰਡੇ ਪਏ, ਹੁਣ ਮਾਂਜੂਗੀ, ਠੀਕ ਹੈ, ਅਤੇ ਆਪਾਂ ਕੱਲ੍ਹ ਨੂੰ ਮਿਲਾਂਗੇ, ਖੁਸ਼ੀ ਖੁਸ਼ੀ ਮਿਲਾਂਗੇ, ਠੀਕ ਹੈ।